ਅੱਜ ਦੀ ਸਭ ਤੋਂ ਵੱਡੀ ਖਬਰ ਹੈ ਖਡੂਰ ਸਾਹਿਬ ਤੋਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਹੋਈ ਹੈ। ਪੁਲਿਸ ਨੇ ਹਾਲੇ ਇਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਨੀ ਹੈ। ਪੁਲਿਸ ਕੀ ਜਾਣਕਾਰੀ ਦੇਵੇਗੀ ਉਹੀ ਅਧਿਕਾਰਤ ਤੌਰ ਤੇ ਜਾਣਕਾਰੀ ਹੋਵੇਗੀ। ਹਾਲੇ ਸਿਰਫ ਸੂਤਰਾਂ ਦੇ ਆਧਾਰ ਤੇ ਖਬਰਾਂ ਚਲਾਈਆਂ ਜਾ ਰਹੀਆਂ ਨੇ। ਹਾਲਾਂਕਿ ਕੁਝ ਮੀਡੀਆ ਚੈਨਲ ਇਹ ਵੀ ਦਾਅਵਾ ਕਰ ਰਹੇ ਨੇ ਕਿ ਜਲੰਧਰ ਦਿਹਾਤੀ ਪੁਲਿਸ ਦੇ ਐਸਐਸਪੀ ਅੰਕੁਰ ਗੁਪਤਾ ਨੇ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਗ੍ਰਿਫਤਾਰੀ ਹੋਈ ਹੈ ਸਿਰਫ ਐਨੀ ਪੁਸ਼ਟੀ ਹੋਈ ਹੈ ਪਰ ਜਿਹੜੀਆਂ ਖਬਰਾਂ ਚਲਾਈਆਂ ਜਾ ਰਹੀਆਂ ਨੇ ਕਿ ਹਰਪ੍ਰੀਤ ਸਿੰਘ ਨੂੰ ਆਇਸ ਡਰੱਗ ਦੇ ਨਾਲ ਬਰਾਮਦ ਕੀਤਾ ਗਿਆ ਹੈ ਹਰਪ੍ਰੀਤ ਸਿੰਘ ਦੇ ਕੋਲੋਂ ਐਨੀ ਮਾਤਰਾ ਦੇ ਵਿੱਚ ਨਸ਼ਾ ਫੜਿਆ ਗਿਆ ਹੈ ਇਸ ਤੇ ਹਾਲੇ ਪੁਲਿਸ ਨੇ ਕੋਈ ਮੋਹਰ ਨਹੀਂ ਲਾਈ ਜ਼ਾਹਿਰ ਤੌਰ ਤੇ ਵੱਡੀ ਗ੍ਰਿਫਤਾਰੀ ਹੈ ਇੱਕ ਐਮਪੀ ਦੇ ਭਰਾ ਦੀ ਗ੍ਰਿਫਤਾਰੀ ਹੈ ਉਹ ਭਰਾ ਜਿਸ ਨੇ ਆਪਣੇ ਐਮਪੀ ਬਣਨ ਵਾਲੇ ਭਰਾ ਦੇ ਹੱਕ ਦੇ ਵਿੱਚ ਲੋਕ ਸਭਾ ਚੋਣਾਂ ਦਰਮਿਆਨ ਮੂਹਰੇ ਹੋ ਕੇ ਪ੍ਰਚਾਰ ਕੀਤਾ ਸੀ ਲਗਾਤਾਰ ਪ੍ਰਚਾਰ ਕੀਤਾ ਸੀ ਡਟਵਾ ਪ੍ਰਚਾਰ ਕੀਤਾ ਸੀ ਤੇ ਭਰਾ ਨੇ ਵੱਡੀ ਜਿੱਤ ਵੀ ਹਾਸਲ ਕੀਤੀ ਸੀ ਇਸ ਕਰਕੇ ਇੱਕ ਵੱਡੀ ਗ੍ਰਿਫਤਾਰੀ ਹੈ ਵੱਡੀ ਗ੍ਰਿਫਤਾਰੀ ਇਸ ਕਰਕੇ ਵੀ ਹੈ ਕਿਉਂਕਿ ਅਮਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਵੀ ਹਨ ਐਮਪੀ ਹੋਣ ਤੋਂ ਪਹਿਲਾਂ ਤੇ ਉਹਨਾਂ ਤੇ ਜਿਹੜਾ ਐਨਐਸਏ ਲਾਇਆ ਗਿਆ ਹੈ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਹੈ ਅਮਰਿਤਪਾਲ ਸਿੰਘ ਅਜਿਹਾ ਚਿਹਰਾ ਹੈ ਜਿਸ ਨੂੰ ਸ਼ਾਇਦ ਹੀ ਕੋਈ ਨਾਂ ਜਾਣਦਾ ਹੋਵੇ ਇਸ ਵਕਤ ਜਿਸ ਤਰੀਕੇ ਦੇ ਨਾਲ ਮੀਡੀਆ ਦੇ ਵਿੱਚ ਉਹ ਸਾਰੀਆਂ ਖਬਰਾਂ ਚੱਲੀਆਂ ਸਨ ਅਮਰਿਤਪਾਲ ਦੀ ਗ੍ਰਿਫਤਾਰੀ ਤੋਂ ਪਹਿਲਾਂ ਤੇ ਲਗਾਤਾਰ ਖਬਰਾਂ ਹੁਣ ਤੱਕ ਚੱਲਦੀਆਂ ਹੀ ਆ ਰਹੀਆਂ ਨੇ ਤੇ ਹੁਣ ਜਦੋਂ ਅਮਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਮਾਪੇ ਕਰ ਰਹੇ ਸਨ ਉਸ ਦਰਮਿਆਨ ਇਹ ਵੱਡੀ ਖਬਰ ਆਉਂਦੀ ਹੈ ਕਿ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਿਤਾ ਤਰਸੀਮ ਸਿੰਘ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਪਰ ਇਸ ਨੂੰ ਇੱਕ ਸਾਜ਼ਿਸ਼ ਦੱਸਿਆ ਹੈ ਇਸ ਗ੍ਰਿਫਤਾਰੀ ਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਅੱਜ ਹੀ ਵਾਗਾਪੁਰਾਣਾ ਤੋਂ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ 1 ਮਾਰਚ ਦੀ ਸ਼ੁਰੂਆਤ ਕਰਨੀ ਸੀ ਬੰਦੀ ਛੋੜ ਮਾਰਚ ਬੰਦੀ ਛੋੜ ਮਾਰਚ ਯਾਨੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਹ ਮਾਰਚ ਕੀਤਾ ਜਾਣਾ ਸੀ ਪਿਤਾ ਤਰਸੀਮ ਸਿੰਘ ਉੱਥੇ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ ਪਰ ਅਚਾਨਕ ਖਬਰਾਂ ਚੱਲਣ ਲੱਗਦੀਆਂ ਨੇ ਸਵੇਰੇ ਕਿ ਵੱਡੇ ਪੁੱਤ ਦੀ ਰਫਤਾਰੀ ਹੋ ਗਈ ਹੈ ਹਰਪ੍ਰੀਤ ਸਿੰਘ ਉਹਨਾਂ ਦਾ ਵੱਡਾ ਪੁੱਤਰ ਹੈ ਤੇ ਅਮਰਿਤਪਾਲ ਸਿੰਘ ਛੋਟਾ ਪੁੱਤਰ ਹੈ ਹਰਪ੍ਰੀਤ ਸਿੰਘ ਦੇ ਬਾਰੇ ਜੋ ਸਾਨੂੰ ਜਾਣਕਾਰੀ ਮਿਲੀ ਹੈ ਥੋੜੀ ਜੀ ਉਹ ਵੀ ਤੁਹਾਨੂੰ ਦੱਸ ਦਿੰਨੇ ਹਾਂ ਜਿਹੜੇ ਉਹਨਾਂ ਦੇ ਨਾਲ ਪ੍ਰਚਾਰ ਕਰਨ ਵਾਲੇ ਸਿੰਘ ਸਨ ਬਿਲਕੁਲ ਮੋਰੀ ਤੌਰ ਤੇ ਮੋਰੀ ਤੌਰ ਤੇ ਪ੍ਰਚਾਰ ਕਰਦੇ ਸਨ ਉਹਨਾਂ ਦੇ ਵਿੱਚੋਂ ਕੁਝ ਕੁ ਸਾਥੀਆਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਦੇ ਦੱਸਣ ਮੁਤਾਬਿਕ ਜਿੰਨੇ ਦਿਨ ਵੀ ਪ੍ਰਚਾਰ ਦੇ ਵਿੱਚ ਰਹੇ ਹਰਪ੍ਰੀਤ ਸਿੰਘ ਦੀ ਕਿਸੇ ਵੀ ਅਜਿਹੇ ਅਜਿਹੇ ਵਿਅਕਤੀ ਦੇ ਨਾਲ ਉੱਠਣੀ ਬੈਠਣੀ ਉਹਨਾਂ ਨੇ ਨਹੀਂ ਦੇਖੀ ਕਿ ਪਤਾ ਲੱਗ ਸਕੇ ਕੋਈ ਸੰਕੇਤ ਵੀ ਮਿਲ ਸਕੇ ਕਿ ਹਰਪ੍ਰੀਤ ਸਿੰਘ ਨਸ਼ੇ ਦੇ ਕਿਸੇ ਕਾਰੋਬਾਰ ਦੇ ਵਿੱਚ ਸ਼ਾਮਿਲ ਹੈ ਸਾਥੀਆਂ ਨੇ ਹੋਰ ਕੁਝ ਨਹੀਂ ਕਿਹਾ ਅਧਿਕਾਰੀ ਤੌਰ ਤੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਨਾਮ ਨਾ ਲਿਆ ਜਾਵੇ ਪਰ ਇਹ ਗੱਲ ਉਹਨਾਂ ਨੂੰ ਵੀ ਹੈਰਾਨ ਕਰ ਰਹੀ ਹੈ ਕਿ ਆਖਿਰਕਾਰ ਕਿਵੇਂ ਹਰਪ੍ਰੀਤ ਸਿੰਘ ਦੇ ਨਾਲ ਇਹ ਖਬਰਾਂ ਜੁੜ ਰਹੀਆਂ ਨੇ ਜੇ ਇਹ ਸੱਚਮੁੱਚ ਸਹੀ ਖਬਰ ਹੈ ਤਾਂ ਵੀ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਹੈ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਨ ਤਾਂ ਨਹੀਂ ਕੀਤਾ ਪਰ ਅੰਮ੍ਰਿਤਪਾਲ ਸਿੰਘ ਦੇ ਸਿੰਘ ਸਜਣ ਤੋਂ ਪਹਿਲਾਂ ਤੋਂ ਹੀ ਉਹਨਾਂ ਦੇ ਦਾੜੀ ਕੇਸ ਰੱਖੇ ਹੋਏ ਸਨ ਜਦਕਿ ਅੰਮ੍ਰਿਤਪਾਲ ਸਿੰਘ ਪਹਿਲਾਂ ਕਲੀਨ ਸ਼ੇਵ ਹੁੰਦੇ ਸਨ ਤੇ ਉਹਨਾਂ ਨੇ ਜਦੋਂ ਜ਼ਿੰਦਗੀ ਦੇ ਵਿੱਚ ਬਦਲਾਅ ਆਇਆ ਤੇ ਫੇਰ ਅੰਮ੍ਰਿਤਪਾਨ ਕੀਤਾ ਤੇ ਫੇਰ ਵਾਰਿਸ ਪੰਜਾਬ ਦੇ ਜਥੇਬੰਦੀ ਜਿਹੜੀ ਉਸ ਦੇ ਵਿੱਚ ਐਕਟਿਵ ਹੋਏ ਸਨ ਖੈਰ ਜੋ ਹਰਪ੍ਰੀਤ ਸਿੰਘ ਦੇ ਬਾਰੇ ਸਾਨੂੰ ਸਾਥੀਆਂ ਤੋਂ ਜਾਣਕਾਰੀ ਮਿਲੀ ਹੈ ਉਹ ਤੁਹਾਨੂੰ ਦੱਸ ਰਹੇ ਹਾਂ ਮਾਤਾ ਬਲਵਿੰਦਰ ਕੌਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਿਤਾ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੋ ਸਕਦਾ ਹੈ ਪਿਤਾ ترਸੀਮ ਸਿੰਘ ਦੇ ਨਾਲ ਗੱਲਬਾਤ ਨਾ ਹੋਵੇ ਕਿਉਂਕਿ ਇਸ ਵਕਤ ਉਹ ਫਿਲੌਰ ਥਾਣੇ ਪਹੁੰਚ ਚੁੱਕੇ ਨੇ ਪਿਤਾ ترਸੀਮ ਸਿੰਘ ਨੇ মিডিਆ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਹੈ ਉਹ ਵੀ ਅਸੀਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇ ਦਿੰਨੇ ਹਾਂ ਪਿਤਾ ਨੇ ਜਿਹੜਾ ਸਭ ਤੋਂ ਪਹਿਲਾ ਬਿਆਨ ਦਿੱਤਾ ਉਹ ਇਹ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਫਸਾਉਣ ਦੀ ਸਾਜ਼ਿਸ਼ ਹੈ ਬਦਨਾਮ ਕਰਨ ਦੇ ਲਈ ਕਹਿੰਦੇ ਵੱਡੀ ਸਾਜ਼ਿਸ਼ ਰਚੀ ਗਈ ਹੈ ਤੇ ਪੁੱਤਰ ਦਾ ਫਲੋਰ ਜਾਣ ਦਾ ਕੋਈ ਪ੍ਰੋਗਰਾਮ ਹੀ ਨਹੀਂ ਸੀ ਫਲੋਰ ਪੁਲਿਸ ਨੇ ਕਿਸ ਵਕਤ ਕਿਵੇਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਪਿਤਾ ਨੇ ਦੱਸਿਆ ਕਿ ਅੱਜ ਜਿਹੜਾ ਵਾਗਾ ਪੁਰਾਣਾ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮਾਰਚ ਕੱਢਿਆ ਜਾਣਾ ਸੀ ਉਹਦੇ ਵਿੱਚ ਹਰਪ੍ਰੀਤ ਸਿੰਘ ਨੇ ਵੀ ਸ਼ਾਮਿਲ ਹੋਣਾ ਸੀ ਸਾਰੇ ਪਰਿਵਾਰ ਨੇ ਉਹਦੇ ਵਿੱਚ ਸ਼ਾਮਿਲ ਹੋਣਾ ਸੀ ਤੇ ਉਸ ਤੋਂ ਪਹਿਲਾਂ ਹੀ ਰਾਤ ਨੂੰ ਕਹਿੰਦੇ ਗ੍ਰਿਫਤਾਰ ਕਰ ਲਿਆ ਤੇ ਸਾਨੂੰ ਅੱਜ ਤੜਕੇ ਜਾ ਕੇ ਪਤਾ ਲੱਗਿਆ ਸਾਨੂੰ ਉਹ ਵੀ ਮੀਡੀਆ ਤੋਂ ਕਹਿੰਦੇ ਖਬਰ ਮਿਲੀ ਹੈ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਤੁਹਾਡੇ ਪੁੱਤਰ ਨੂੰ ਹਿਰਾਸਤ ਵਿੱਚ ਲਿਆ ਗਿਆ ਜਾਂ ਗ੍ਰਿਫਤਾਰ ਕੀਤਾ ਗਿਆ ਹੈ ਕਹਿੰਦੇ ਸਾਨੂੰ ਇਹ ਵੀ ਨਹੀਂ ਪਤਾ ਵੀ ਕਿੱਥੋਂ ਕਿਵੇਂ ਗ੍ਰਿਫਤਾਰ ਕੀਤਾ ਸਾਰੀਆਂ ਖਬਰਾਂ ਸਾਨੂੰ ਮੀਡੀਆ ਤੋਂ ਹੀ ਪਤਾ ਲੱਗੀਆਂ ਨੇ ਤੇ ਵੀ ਰੋਸਾ ਪਿਤਾ ਤਰਸੀਮ ਸਿੰਘ ਨੇ ਜਿਤਾਇਆ ਕਿ ਨਸ਼ਿਆਂ ਦਾ ਇੰਨਾ ਵੱਡਾ ਕਾਰੋਬਾਰ ਚੱਲ ਰਿਹਾ ਵੱਡੀਆਂ-ਵੱਡੀਆਂ ਮੱਛੀਆਂ ਉਹਦੇ ਵਿੱਚ ਸ਼ਾਮਿਲ ਨੇ ਉਹਨਾਂ ਨੂੰ ਫੜਨ ਲਈ ਤਾਂ ਪੁਲਿਸ ਦੇ ਕੋਲ ਕੋਈ ਹਥਿਆਰ ਹੈ ਨਹੀਂ ਆਮ ਲੋਕਾਂ ਨੂੰ ਬਦਨਾਮ ਕਰਕੇ ਇਸ ਪਾਸੇ ਧੱਕਣ ਦੀ ਕਹਿੰਦੇ ਕੋਸ਼ਿਸ਼ ਕੀਤੀ ਜਾ ਰਹੀ ਹੈ ਨਸ਼ੇਵਾਲਿਆਂ ਦੀ ਸਪੋਰਟ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ ਹੈ ਇਸ ਗ੍ਰਿਫਤਾਰੀ ਨੂੰ ਉਹਨਾਂ ਨੇ ਸਹੀ ਨਹੀਂ ਦੱਸਿਆ ਜਾਹਿਰ ਤੌਰ ਤੇ ਪਰਿਵਾਰ ਹੈ ਉਹ ਕਦੇ ਨਹੀਂ ਮੰਨੇਗਾ ਕਿ ਉਹਨਾਂ ਦੇ ਪੁੱਤ ਜਾਂ ਧੀ ਨੇ ਅਜਿਹਾ ਕੁਝ ਕੀਤਾ ਹੈ ਪਹਿਲਾਂ-ਪਹਿਲਾਂ ਹਰ ਕੋਈ ਸ਼ੌਕ ਦੇ ਵਿੱਚ ਆ ਜਾਂਦਾ ਹੈ ਪਰ ਇਹ ਵੀ ਹਲੇ ਜਾਂਚ ਦਾ ਵਿਸ਼ਾ ਹੈ ਪੁਲਿਸ ਨੇ ਦੱਸਣਾ ਹੈ ਕਿ ਆਖਿਰਕਾਰ ਸਚਾਈ ਕੀ ਹੈ ਹੋਇਆ ਕੀ ਹੈ ਅੰਦਰ ਖਾਤੇ ਕਿ ਹਰਪ੍ਰੀਤ ਸਿੰਘ ਸੱਚਮੁੱਚ ਨਸ਼ੇ ਦੇ ਕਾਰੋਬਾਰ ਦੇ ਵਿੱਚ ਸ਼ਾਮਿਲ ਹੈ ਜਾਂ ਨਹੀਂ ਹੈ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਪਰ ਪਰਿਵਾਰ ਨੇ ਇਸ ਨੂੰ ਬਿਲਕੁਲ ਹੀ ਝੂਠ ਦਾ ਭੁਲੰਦਾ ਦੱਸਿਆ ਹੈ ਪਿਤਾ ਨੇ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਕੀਤੀ ਹੈ ਉਹ ਕਿਹਾ ਕਿ ਨਿਰਪੱਖ ਜਾਂਚ ਕੀਤੀ ਜਾਵੇ ਜੇ ਕਸੂਰਵਾਰ ਹੋਇਆ ਹਰਪ੍ਰੀਤ ਸਿੰਘ ਤਾਂ ਜ਼ਾਹਿਰ ਤੌਰ ਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇ ਉਹ ਨਸ਼ੇ ਦੇ ਵਿੱਚ ਦੋਸ਼ੀ ਪਾਇਆ ਗਿਆ ਪਰ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ ਪੁਲਿਸ ਤੇ ਸਿਆਸੀ ਲੋਕ ਝੂਠੀਆਂ ਗੱਲਾਂ ਬਣਾਉਣ ਦੇ ਵਿੱਚ ਕਹਿੰਦੇ ਮਾਹਿਰ ਨੇ ਤੇ ਉਹਨਾਂ ਨੂੰ ਸਾਨੂੰ ਕੱਲ ਹੀ ਬੁਲਾ ਲੈਣਾ ਚਾਹੀਦਾ ਸੀ ਜੇ ਕੱਲ ਗ੍ਰਿਫਤਾਰੀ ਹੋਈ ਹੈ ਰਾਤ ਬੁਲਾ ਲੈਣਾ ਚਾਹੀਦਾ ਸੀ ਤੇ ਖਦਸ਼ਾ ਜਤਾਇਆ ਪਿਤਾ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਪਰਿਵਾਰ ਤੇ ਹੋਰ ਵੀ ਕਈ ਦਿੱਕਤਾਂ ਆ ਸਕਦੀਆਂ ਨੇ ਤੇ ਇੱਕ ਹੋਰ ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਨੇ ਹਰਪ੍ਰੀਤ ਸਿੰਘ ਖਿਲਾਫ ਐਨਡੀਪੀਐਸ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਤਰਸੇਮ ਸਿੰਘ ਨੇ ਇੱਕ ਹੋਰ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੇ ਹਰਪ੍ਰੀਤ ਸਿੰਘ ਦੇ ਖਿਲਾਫ ਐਨਡੀਪੀਐਸ ਦਾ ਮਾਮਲਾ ਦਰਜ ਕੀਤਾ ਹੈ ਨਸ਼ਿਆਂ ਦੇ ਖਿਲਾਫ ਕਹਿੰਦੇ ਅਸੀਂ ਆਵਾਜ਼ ਚੁੱਕ ਰਹੇ ਹਾਂ ਇਸ ਲਈ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਭਰਾ ਅਮਰਿਤਪਾਲ ਸਿੰਘ ਨਸ਼ਿਆਂ ਦੇ ਖਿਲਾਫ ਜੰਗ ਛੇੜਦਾ ਹੈ ਵਿਦੇਸ਼ ਦੇ ਵਿੱਚੋਂ ਪੰਜਾਬ ਆ ਕੇ ਇੱਥੇ ਹੀ ਰਹਿਣ ਦਾ ਨਿਰਣਾ ਕਰਦਾ ਹੈ ਤੇ ਪੰਜਾਬ ਦੇ ਵਿੱਚੋਂ ਸਭ ਤੋਂ ਪਹਿਲਾ ਕੰਮ ਕਿ ਨੌਜਵਾਨੀ ਨੂੰ ਬਚਾਉਣਾ ਹੈ ਤਾਂ ਨਸ਼ਿਆਂ ਦਾ ਕੋੜ ਵੱਢਣਾ ਪਊਗਾ ਤੇ ਇਸੇ ਮੁੱਦੇ ਤੇ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਬੈਠਾ ਬੈਠਾ ਜਿੱਤ ਵੀ ਜਾਂਦਾ ਹੈ ਦੂਸਰੇ ਪਾਸੇ ਅਮਰਿਤਪਾਲ ਸਿੰਘ ਦੇ ਭਰਾਤੇ ਹੀ ਨਸ਼ੇ ਦੇ ਇਲਜ਼ਾਮ ਲੱਗੇ ਨੇ ਹਾਲਾਂਕਿ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਪੁਲਿਸ ਨੇ ਨਹੀਂ ਕੀਤੀ ਕਿ ਗ੍ਰਿਫਤਾਰੀ ਕਿਉਂ ਹੋਈ ਆ ਪਰ ਪਿਤਾ ਨੇ ਜ਼ਰੂਰ ਦੱਸਿਆ ਕਿ ਐਨਡੀਪੀਸੀ ਐਟ ਐਨਡੀपीएस ਐਕਟ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਤੇ ਇਹ ਜਿਹੜੀ ਧਾਰਾ ਹੈ ਉਹ ਨਸ਼ਿਆਂ ਦੇ ਮਾਮਲੇ ਦੇ ਵਿੱਚ ਹੀ ਲੱਗਦੀ ਹੈ ਮਾਤਾ ਬਲਵਿੰਦਰ ਕੌਰ ਦੇ ਨਾਲ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਜੇ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਤਾਂ ਸੁਣਦੇ ਹਾਂ ਕਿ ਮਾਂ ਦਾ ਕੀ ਕਹਿਣਾ ਹੈ ਸੋ ਅਸੀਂ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਲਗਾਤਾਰ ਉਹਨਾਂ ਦਾ ਫੋਨ ਹੈ ਜਿਹੜਾ ਉਹ ਬਿਜ਼ੀ ਆ ਰਿਹਾ ਹੈ ਫੋਨ ਵਾਰ-ਵਾਰ ਕੱਟਿਆ ਜਾ ਰਿਹਾ ਹੈ ਤੇ ਜਦੋਂ ਵੀ ਗੱਲ ਹੋਏਗੀ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਪਿਤਾਤਰ ਸੇਮ ਸਿੰਘ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਮਾਤਾ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਿਤਾ ਦਾ ਬਿਆਨ ਤਾਂ ਹੋਰ ਨਾ ਮੀਡੀਆ ਅਦਾਰਿਆਂ ਦੇ ਜ਼ਰੀਏ ਇਸ ਜ਼ਰੀਏ ਆਪਣੇ ਕੋਲ ਪਹੁੰਚ ਚੁੱਕਿਆ ਹੈ ਤੇ ਇਸ ਮਾਮਲੇ ਦੇ ਵਿੱਚ ਹੋਰ ਜਾਣਕਾਰੀ ਅਸੀਂ ਲੈਂਦੇ ਰਹਾਂਗੇ ਇੱਕ ਹੋਰ ਅਹਿਮ ਜਾਣਕਾਰੀ ਮਿਲੀ ਹੈ ਕਿ ਕੱਲੇ ਹਰਪ੍ਰੀਤ ਸਿੰਘ ਦੀ ਨਹੀਂ ਬਲਕਿ ਹਰਪ੍ਰੀਤ ਸਿੰਘ ਦੇ ਨਾਲ ਲਵਪ੍ਰੀਤ ਸਿੰਘ ਨੂੰ ਵੀ ਫਲੋਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਕੱਲ ਹੀ ਗ੍ਰਿਫਤਾਰ ਕਰਨ ਤੋਂ ਬਾਅਦ ਮੈਡੀਕਲ ਕਰਵਾ ਲਿਆ ਸੀ ਸਾਢੇ 12 ਵਜੇ ਤੱਕ ਕੋਰਟ ਵਿੱਚ ਪੇਸ਼ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ ਸੋ ਖਾਲਸ ਟੀਵੀ ਤੇ ਇਸ ਮਾਮਲੇ ਦੇ ਨਾਲ ਜੁੜੀ ਅਸੀਂ ਸਾਰੀ ਪੂਖਤਾ ਜਾਣਕਾਰੀ ਤੁਹਾਨੂੰ ਹੁਣੇ ਦਿੱਤੀ ਹੈ ਇਸ ਕੇਸ ਦੇ ਵਿੱਚ ਹੁਣ ਜਦੋਂ ਪੁਲਿਸ ਪ੍ਰੈਸ ਕਾਨਫਰੰਸ ਕਰੇਗੀ ਉਸ ਤੋਂ ਬਾਅਦ ਮਾਪਿਆਂ ਦਾ ਕੀ ਰਿਐਕਸ਼ਨ ਆਉਂਦਾ ਹੈ ਤੇ ਉਹ ਅੱਗੇ ਕੀ ਤਿਆਰੀ ਕਰਕੇ ਅਦਾਲਤ ਦੇ ਵਿੱਚ ਜਾਂਦੇ ਨੇ ਇਹ ਸਾਰੀ ਜਾਣਕਾਰੀ ਜਿਵੇਂ ਜਿਵੇਂ ਪਤਾ ਲੱਗਦੀ ਰਹੇਗੀ ਉਹ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਪੁਲਿਸ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਹੈਗਾ ਜੋ ਵੀ ਜਾਣਕਾਰੀ ਆਉਣੀ ਹੈ ਥੋੜੀ ਦੇਰ ਤੱਕ ਆਪਾਂ ਨੂੰ ਪਤਾ ਲੱਗ ਜਾਣੀ ਹੈ ਤੇ ਸਿਆਸੀ ਲੀਡਰ ਇਸ ਮੁੱਦੇ ਤੇ ਕੀ ਕਹਿ ਰਹੇ ਨੇ ਇੱਕ ਵਾਰੀ ਸਿਆਸੀ ਲੀਡਰਾਂ ਦੇ ਜਿਹੜੇ ਕਿਸੇ ਦਾ ਕੋਈ ਰਿਐਕਸ਼ਨ ਆਇਆ ਉਹ ਜ਼ਰੂਰ ਆਪਾਂ ਦੇਖ ਲੈਣੇ ਹਾਂ ਵਿਕਰਮ ਸਿੰਘ ਵਜੀਠੀਆ ਅਕਾਲੀ ਲੀਡਰ ਨੇ ਜਿਹੜੇ ਖੁਦ ਐਂਡੀਪੀਐਸ ਕੇਸ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਦਾ ਹਲੇ ਤੱਕ ਕੋਈ ਬਿਆਨ ਨਹੀਂ ਆਇਆ ਸੁਖਬੀਰ ਸਿੰਘ ਬਾਦਲ ਜਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਘਟਵੱਧ ਹੀ ਅੰਮ੍ਰਿਤਪਾਲ ਦੇ ਮਸਲੇ ਤੇ ਬੋਲਦੇ ਹੁੰਦੇ ਨੇ ਸੋ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੀ ਪੌਣੇ 12 ਵਜੇ ਤੱਕ ਕੋਈ ਬਿਆਨ ਨਹੀਂ ਆਇਆ ਕਿਉਂਕਿ ਜ਼ਾਹਿਰ ਤੌਰ ਤੇ ਵੱਡਾ ਜਿਹੜਾ ਹੈਗਾ ਇਸ਼ੂ ਹੈ ਇਸ ਤੇ ਲੀਡਰ ਵੀ ਸੋਚ ਸਮਝ ਕੇ ਸ਼ਾਇਦ ਟਿੱਪਣੀ ਕਰਨਗੇ ਸੁਖਵੀਰ ਬਾਦਲ ਵੀ ਹਾਲੇ ਕੁਝ ਨਹੀਂ ਬੋਲੇ ਪ੍ਰਤਾਪ ਸਿੰਘ ਬਾਜਵਾ ਨੇ ਕੀ ਕੋਈ ਪ੍ਰतिकਰਮ ਦਿੱਤਾ ਹੈ ਉਹਨਾਂ ਦਾ ਵੀ ਹਾਲੇ ਤੱਕ ਕੋਈ ਰਿਐਕਸ਼ਨ ਇਸ ਮਸਲੇ ਤੇ ਨਹੀਂ ਆਇਆ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਅਸੀਂ ਇੱਕ ਵਾਰੀ ਸੋਸ਼ਲ ਮੀਡੀਆ ਚੈੱਕ ਕਰ ਲੈਨੇ ਆ ਪਰ ਉਹਨਾਂ ਨੇ ਵੀ ਕੋਈ ਪੋਸਟ ਨਹੀਂ ਪਾਈ ਸਾਰੇ ਜਿਹੜੇ ਲੀਡਰ ਨੇ ਉਹਨਾਂ ਦੀਆਂ ਪੋਸਟਾਂ ਸੋਸ਼ਲ ਮੀਡੀਆ ਤੇ 15-15 20-20 ਘੰਟੇ ਪਹਿਲਾਂ ਦੀਆਂ ਹੀ ਨੇ ਸੋ ਇਸ ਵੱਡੀ ਖਬਰ ਦੇ ਵਿੱਚ ਜਿਵੇਂ ਹੋਰ ਜਾਣਕਾਰੀ ਮਿਲੇਗੀ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਧੰਨਵਾਦ